ਕਿੰਨੇ ਦੀ, 1 ਕਿੱਲੇ ਦੀ ਫਸਲ ਚੋਂ ਆਹ ਵਪਾਰੀ ਨੂੰ ਵੇਚ ਕੇ, ਚਲੋ ਤੂੰ ਤਾਂ ਆਪ ਵੇਚ ਰਿਹਾ, ਗੱਲ ਵੱਖਰੀ ਹੈ, ਬਿਲਕੁਲ ਜੀ, ਵਪਾਰੀ ਨੂੰ ਵੇਚ ਕੇ ਉਹ ਬੀਜ ਵਪਾਰੀ ਨੂੰ ਵੇਚ ਕੇ ਇੱਕ ਜ਼ਿਮੀਂਦਾਰ, ਆਮ ਜ਼ਿਮੀਂਦਾਰ ਨੂੰ 1 ਕਿੱਲੇ ਚੋਂ ਕਿੰਨਾ ਫਾਇਦਾ ਹੋ ਸਕਦਾ? ਸਾਡੇ ਪਿੰਡ ਦੇ ਵਿੱਚ ਸਾਰਾ ਹੀ ਪਿੰਡ ਸਾਡਾ ਆਹੀ ਲਸਣ ਦੀ ਖੇਤੀ ਕਰਦਾ ਜੀ। ਸੈਣੀ ਮਾਜਰਾ, ਸੈਣੀ ਮਾਜਰਾ ਪਿੰਡ ਹੈ ਜੀ, ਮੋਹਾਲੀ ਡਿਸਟ੍ਰਿਕਟ। ਚਾਹੇ ਕੋਈ 1/2 ਕਿੱਲਾ ਲਾਵੇ, ਚਾਹੇ 1 ਕਿੱਲਾ ਲਾਵੇ, ਚਾਹੇ 2 ਲਾਵੇ, ਪਿਛਲੇ ਸਾਲ 1 ਕਿੱਲੇ ਵਿੱਚੋਂ ਜੀ ਇਹ 1,000 ਰੁਪਏ ਕਿੱਲੋ ਵਿਕੀ ਹੈ ਜੀ। ਹਾਂਜੀ, 1,000 ਰੁਪਏ ਕਿੱਲੋ ਵਪਾਰੀ ਲੈ ਕੇ ਗਏ ਜੀ, ਬਾਹਰ ਦੇ ਵਪਾਰੀ। ਅੱਛਾ, ਤੇ 8 ਕੁਇੰਟਲ 1 ਕਿੱਲੋ 'ਚ ਹੋ ਜਾਂਦੀ ਜੀ, 1 ਕਿੱਲੇ ਵਿੱਚੋਂ 8 ਕੁਇੰਟਲ, 8 ਲੱਖ ਰੁਪਏ ਦੀ ਇਕੱਲੀ ਇਹੀ ਹੋਈ ਹੈ ਜੀ। ਖੇਤੀਬਾੜੀ 'ਚ ਇੰਟਰਸਟ ਰੱਖਣ ਵਾਲੇ ਬੰਦਿਆਂ ਵਾਸਤੇ ਜਾਣਕਾਰੀ ਬਹੁਤ ਜ਼ਿਆਦਾ ਕੀਮਤੀ ਆ, ਇੰਟਰਸਟਿੰਗ ਆ। ਸੱਜਣੋ, ਮੈਂ ਤੁਹਾਡੇ ਕੋਲ ਲੈ ਕੇ ਆਇਆ ਲਸਣ, ਜਿਹੜਾ ਮੈਂ ਘੱਟੋ ਘੱਟ ਪਹਿਲੀ ਵਾਰ ਦੇਖ ਰਿਹਾ। ਜਿਹਨੇ ਦੇਖਿਆ ਹੋਊਗਾ, ਦੇਖਿਓ ਆਹ ਲਸਣ ਦਾ ਬੀਜ ਆ, ਇਹ ਆਹ ਲਸਣ ਦਾ ਬੀਜ ਆ। ਇਹ ਲਸਣ ਆਪਣੇ ਜਿਹੜਾ ਆਮ ਲਸਣ ਹੁੰਦਾ ਉਹਦੇ ਨੂੰ, ਆਹ ਦੇਖਿਓ ਆਹ ਵੀ ਲਸਣ ਦਾ ਬੀਜ ਆ, ਆਹ ਵੀ ਲਸਣ ਦਾ ਬੀਜ ਆ। ਲਓ ਇਹ ਲਸਣ ਆ, ਮੈਂ ਮੋਹਾਲੀ ਦੇ ਵਿੱਚ ਹੈ, ਬਾਈ ਅਮਨ ਆ ਮੇਰੇ ਨਾਲ, ਇਹ ਲਸਣ ਦੀ ਖੇਤੀ ਕਰਦੇ ਆ ਪ੍ਰੋਫੈਸ਼ਨਲੀ, ਮਤਲਬ ਲਸਣ ਦਾ ਬੀਜ ਆ ਜਿਹੜਾ ਬੀਜਦੇ ਆ। ਇਹ ਕਿਹੜਾ ਲਸਣ, ਆਪਾਂ ਸਾਰੀ ਗੱਲਬਾਤ ਕਰਦੇ ਹਾਂ ਇਹਨਾਂ ਨਾਲ। ਆਹ ਦੇਖੋ ਆਹ ਸਾਰੇ ਲਸਣ ਦੇ ਬੀਜ ਹੀ ਪਏ ਆ, ਦੇਖਣ ਨੂੰ ਗਿੜਕਾਂ ਜੀਆਂ ਲੱਗਦੀਆਂ, ਹੋਰ ਹੀ ਤਰ੍ਹਾਂ ਦੀਆਂ। ਅਮਨ, ਹਾਂਜੀ ਭਾਜੀ, ਇਹ ਕਿਹੜਾ ਲਸਣ ਆ ਬਾਈ? ਇਹ ਕਸ਼ਮੀਰੀ ਲਸਣ ਕਹਿੰਦੇ ਜੀ ਇਹਨੂੰ। ਅੱਛਾ, ਹੈ ਆਪਣਾ ਇੱਧਰਲਾ ਦੇਸੀ ਆ? ਇਹ ਕਸ਼ਮੀਰ ਤੋਂ ਵੀ ਆਉਂਦਾ ਜੀ, ਪੰਜਾਬ 'ਚ ਵੀ ਹੁੰਦਾ ਜੀ। ਅਤੇ ਆਹ ਜਿਹੜਾ ਆਹ ਲਸਣ ਆ, ਆਹ ਇਹ ਬੀਜ ਹੈ ਜੀ ਇਹਦਾ, ਆਹ ਵੀ ਬੀਜ ਆ? ਇਹ ਇਹ ਅਸਲੀ ਬੀਜ ਹੈ ਜੀ, ਇਹ ਅਸਲੀ ਬੀਜ ਆ। ਹਾਂਜੀ, ਇਹ ਖਾਣ ਦੇ ਕੰਮ ਆ ਜੀ, ਖਾਣ ਦੇ ਕੰਮ ਆਉਂਦਾ ਜੀ ਇਹ ਚੀਜ਼। ਅੱਛਾ, ਆਹ ਬੀਜਿਆ ਜਾਂਦਾ? ਹਾਂਜੀ, ਤੇ ਆਹ ਖਾਣ ਦੇ ਕੰਮ ਆਉਂਦਾ? ਹਾਂਜੀ, ਆਹ ਨਿਕਲਦਾ ਜੀ ਥੱਲੋਂ, ਇਹ ਡਬਲ ਡਬਲ ਮਤਲਬ ਖੇਤੀ ਹੈ ਜੀ ਇਹਦੀ। ਇੱਕ ਤਾਂ ਲਸਣ ਦਾ ਲਸਣ ਨਿਕਲ ਜਾਣਾ ਜੀ ਆਪਾਂ ਨੂੰ, ਇੱਕ ਥੱਲੋਂ ਫਿਰ ਦੂਜਾ ਕਸ਼ਮੀਰੀ ਲਸਣ ਨਿਕਲ ਜਾਣਾ ਜੀ, ਡਬਲ ਖੇਤੀ ਹੈ ਜੀ ਇਹਦੀ। ਅੱਛਾ, ਹੁਣ ਮੇਰੇ ਕਹਾਣੀ ਸਮਝ 'ਚ ਆਈ ਆ, ਵੀ ਆਹ ਲਸਣ ਆ ਇਹ ਅਲੱਗ ਨਿਕਲ ਗਿਆ, ਹਾਂਜੀ ਇਹਦੇ ਵਿੱਚੋਂ ਆਹ ਨਿਕਲਿਆ। ਹਾਂਜੀ ਹਾਂਜੀ, ਬਿਲਕੁਲ। ਇਹ ਇਹ ਜਿਹੜਾ ਆਹ ਏ ਇਹ ਅਲੱਗ ਵਿਕਣਾ, ਆਹ ਅਲੱਗ ਅਲੱਗ ਵਿਕਣਾ ਜੀ? ਹਾਂਜੀ, ਠੀਕ ਆ। ਤੇ ਬੀਜਣ 'ਚ ਆਹ ਨਹੀਂ ਬੀਜਿਆ ਜਾਂਦਾ? ਨਹੀਂ, ਇਹ ਨਹੀਂ ਬੀਜਿਆ ਜਾਂਦਾ ਜੀ। ਅੱਛਾ, ਆਹ ਬੀਜ ਨੀਗਾ? ਇਹ ਖਾਣੇ ਦੇ ਕੰਮ ਆਉਂਦਾ ਜੀ। ਤੇ ਆਹ ਬੀਜ ਆ? ਹਾਂਜੀ, ਆਹ ਬੀਜ ਆ ਜੀ। ਜਿਹੜਾ ਆਹ ਪਿਆ ਸਾਰਾ, ਇਹ ਸਿਰਫ ਖਾਣ ਨੂੰ ਵੇਚਣ ਵਾਸਤੇ? ਹਾਂਜੀ, ਵੇਚਣ ਵਾਸਤੇ, ਵੇਚਣ ਵਾਸਤੇ ਆ। ਤੇ ਇਹ ਕੰਮ ਕਿੱਥੇ ਕਿਵੇਂ ਖਾਧਾ ਜਾਂਦਾ ਇਹ, ਮਤਲਬ ਦਾਲ ਸਬਜ਼ੀ 'ਚ ਪੈਂਦਾ? ਨਹੀਂ ਨਹੀਂ, ਛਿੱਲਿਆ ਜਾਂਦਾ ਜੀ ਹੈ ਨਾ, ਜਿੱਦਾਂ ਤੁਸੀਂ ਇਹਨੂੰ ਛਿੱਲ ਕੇ ਨਾ ਜੀ, ਇਹਦੇ ਵਿੱਚੋਂ ਮੋਤੀ ਵਰਗਾ ਦਾਣਾ ਨਿਕਲਦਾ ਜੀ, ਉਹਨੂੰ ਫਿਰ ਸਵੇਰੇ ਆਪਾਂ 5 ਜਾਂ 10 ਪੀਸ ਖਾਣੇ ਆ ਜੀ। ਉਹਦੇ ਨਾਲ ਕੀ ਫਰਕ ਪੈਂਦਾ? ਉਹਦੇ ਨਾਲ ਇੱਕ ਤਾਂ ਜਿਹੜੇ ਗਠੀਏ ਦੀ ਬਿਮਾਰੀ ਹੈ ਜੀ, ਵੈਸੇ ਬੇਸਿਕਲੀ ਗਠੀਏ ਦਾ ਰੋਗ ਦੂਰ ਹੁੰਦਾ ਜੀ, ਹਾਰਟ ਵਾਸਤੇ ਬਹੁਤ ਵਧੀਆ ਜੀ। ਅੱਛਾ, ਹਾਂਜੀ। ਤੇ ਇਹਨੂੰ ਜ਼ਿਆਦਾਤਰ ਤਾਂ ਮੰਨ ਲਓ ਤਾਮਿਲਨਾਡੂ ਜਾਂਦਾ ਜੀ, ਬੰਬੇ ਵਗੈਰਾ ਜਾਂਦਾ ਜੀ। ਅੱਛਾ, ਆਪਣੇ ਪੰਜਾਬ 'ਚ ਤਾਂ ਜਾਂ ਮੰਨ ਲਓ ਕਿਸੇ ਨੂੰ ਪਤਾ ਨਹੀਂ ਹੈ ਜੀ, ਉਹਦੇ ਕਰਕੇ ਘੱਟ ਵਿਕਦਾ ਜੀ, ਜ਼ਿਆਦਾਤਰ ਬਾਹਰ ਹੀ ਜਾਂਦਾ ਜੀ ਇਹ। ਅੱਛਾ, ਪੰਜਾਬ 'ਚ ਨਹੀਂ ਪਤਾ? ਪੰਜਾਬ 'ਚ ਬਹੁਤ ਘੱਟ ਪਤਾ। ਤੁਸੀਂ ਕਿੱਥੇ ਕਿਵੇਂ ਵੇਚਦੇ ਇਹਨੂੰ? ਅਸੀਂ ਔਨਲਾਈਨ ਵੇਚਦੇ ਜੀ, ਐਮਾਜ਼ੋਨ 'ਤੇ, ਫਲਿੱਪਕਾਰਟ 'ਤੇ। ਲੈ, ਹਾਂਜੀ, ਅਤੇ ਔਨਲਾਈਨ ਵਿਕੀ ਜਾਂਦਾ? ਬਿਲਕੁਲ ਜੀ, ਆਹ ਪਏ ਜੀ ਪੈਕਿੰਗ ਹੋਈ ਵੀ ਸਾਹਮਣੇ। ਅੱਛਾ, ਆਹ ਇਹੀ ਪਿਆ? ਹਾਂਜੀ, ਐਵੇਂ ਐਵੇਂ ਕਰਕੇ ਆਹ ਕਸ਼ਮੀਰ 'ਚ ਜਾ ਰਿਹਾ। ਕੋਈ ਕਿਤੋਂ ਦਾ ਐਡਰੈਸ ਆ, ਕੋਈ ਕਿਤੋਂ ਦਾ ਐਡਰੈਸ ਆ? ਅੱਛਾ, ਉਹ ਐਂ ਜਾਂਦਾ ਇਹ? ਹਾਂ, ਇਹ ਸਾਰੇ ਅਲੱਗ ਅਲੱਗ ਇਹ। ਜਿਹਨੂੰ ਇਹਦੀ ਇਹਦੇ ਬਾਰੇ ਪਤਾ ਹੈ ਉਹ ਹੀ ਮੰਗਾਊਗਾ, ਦੂਜੇ ਨੂੰ ਪਤਾ ਹੀ ਨਹੀਂ। ਬਿਲਕੁਲ ਜੀ, ਬਿਲਕੁਲ, ਇਹ ਗੁਜਰਾਤ ਦੇ ਜੀ ਸਾਰੇ। ਅਤੇ ਆਹ ਬੀ ਕਿੰਨਾ ਕੁ ਹੋਊਗਾ ਆਪਣੇ ਕੋਲ? ਆਹ ਆਹ ਇਹ ਤਾਂ ਜਿੰਨਾ ਮਰਜ਼ੀ ਹੈ ਜੀ, ਮਤਲਬ 100 ਕੁਇੰਟਲ ਦੇ ਆਸ ਪਾਸ ਹੋਏਗਾ ਜੀ ਇਸ ਟਾਈਮ ਤੇਰੇ ਕੋਲ ਵੀ। ਹਾਂਜੀ, ਵੀ ਜੇ ਕਿਸੇ ਨੇ ਮਤਲਬ ਵੇਚਣ ਵਾਸਤੇ ਲਾਉਣਾ? ਹਾਂਜੀ ਹਾਂਜੀ, ਬਿਲਕੁਲ ਜੀ, ਵੇਚਣ ਵਾਸਤੇ ਲਾਉਣਾ ਹੈ ਤਾਂ ਇਹ 100 ਕੁਇੰਟਲ ਦੇ ਆਸ ਪਾਸ ਹੋਊਗਾ। ਬਿਲਕੁਲ ਜੀ, ਆਹ ਹਾਂਜੀ। ਤੇ ਆਹ ਜਿਹੜਾ ਆਹ ਪਿਆ ਤੇਰੇ ਕੋਲ, ਆਹ ਇਹ ਵਿੱਧ ਹਨੀ ਹੈ ਜੀ, ਇਹ ਹਨੀ ਦੇ ਵਿੱਚ ਨਾ ਇਹਨੂੰ ਇਹ ਛਿੱਲ ਕੇ ਨਾ ਜੀ, ਇਹ 6 ਮਹੀਨੇ ਰੱਖਿਆ ਜਾਂਦਾ ਜੀ ਕੰਚ ਦੀਆਂ ਵੱਡੇ ਮਰਤਬਾਨ ਦੇ ਵਿੱਚ, ਤਾਂ ਜਾ ਕੇ ਕਿਤੇ ਬਣਦਾ ਜੀ ਬੱਚਿਆਂ ਵਾਸਤੇ, ਦੇਣ ਵਾਸਤੇ, ਮਤਲਬ ਇਹਦੀ ਮਠਿਆਸ ਨਾ ਜਿਹੜੀ ਮਿੱਠਾ ਹੋ ਜਾਂਦਾ ਜੀ ਉਹ, ਫਿਰ ਬੱਚੇ ਇਹਨੂੰ ਖਾ ਲੈਣ ਦੀ ਸਰਦੀਆਂ ਸੁਰਦੀਆਂ ਵਿੱਚ ਨਾ, ਉਹਦੇ ਵਾਸਤੇ ਆ ਜੀ ਇਹ। ਅੱਛਾ, ਆਹ ਦਾਣਾ ਨਿਕਲਿਆ? ਹਾਂਜੀ, ਆਹ ਹਾਂਜੀ, ਇਹ ਇਹ ਸ਼ਹਿਦ 'ਚ ਭਿਉਂ ਕੇ? ਨਹੀਂ, ਇਹ ਇੱਕ ਹੋਰ ਛਿੱਲਿਆ ਜੀ ਇਹਦੇ ਵਿੱਚ, ਇਹ ਦੇਖੋ ਜੀ। ਅੱਛਾ, ਇਦੋਂ ਗਾਂ ਫੇਰ? ਹਾਂਜੀ, 2 ਹੈ ਜੀ, ਇਹ ਦੇਖੋ ਜੀ। ਅੱਛਾ, ਇਹ ਜ਼ਿਆਦਾਤਰ ਕਸ਼ਮੀਰ ਦੇ ਵਿੱਚ ਕਾਮਯਾਬ ਹੈ ਜੀ, ਖੇਤੀ ਆਪਣੇ ਪੰਜਾਬ 'ਚ ਵੀ ਹੁੰਦੀ ਹੈ ਜੀ ਇਹਦੀ, ਪਰ ਜਿਹੜਾ ਗੁਣਕਾਰੀ ਸਭ ਤੋਂ ਜ਼ਿਆਦਾ ਕਸ਼ਮੀਰ ਦੇ ਜ਼ਿਆਦਾ ਗੁਣਕਾਰੀ ਹੈ ਜੀ।
ਇਹ ਪੰਜਾਬ ਦਾ ਮਾਲ ਹੈ ਜਿਹੜਾ ਤੁਸੀਂ ਆਹ ਕਾਲਾ ਜਿਹਾ ਦੇਖ ਰਹੇ ਨਾ, ਇਹਦੇ ਵਿੱਚ ਦੇਖੋ ਫਰਕ ਕਿੰਨਾ ਜੀ। ਇਹ ਪੰਜਾਬ ਦਾ ਜੀ, ਇਹ ਕਸ਼ਮੀਰ ਦਾ ਜੀ, ਇਹ ਵਾਲਾ ਕਸ਼ਮੀਰ ਦਾ ਜੀ, ਆਹ ਕਸ਼ਮੀਰ ਦਾ। ਹਾਂ ਜੀ, ਮਤਲਬ ਜਿਹੜਾ ਜਿਹੜਾ ਆਹ ਆਹ ਕਸ਼ਮੀਰ ਦਾ। ਹਾਂ, ਇਹ ਕਸ਼ਮੀਰ ਦਾ ਜੀ। ਆ ਕਸ਼ਮੀਰ ਦਾ? ਹਾਂ ਜੀ। ਅੱਛਾ, ਤੇਰੇ ਕੋਲ ਕਸ਼ਮੀਰ ਵਾਲਾ ਵੀ ਹੈਗਾ, ਪੰਜਾਬ ਵਾਲਾ ਵੀ ਹੈਗਾ? ਹਾਂਜੀ। ਆਪ ਵੀ ਖੇਤੀ ਕਰਦੇ ਆ? ਬਿਲਕੁਲ ਜੀ, 25 ਸਾਲ ਹੋ ਗਏ ਆਪ ਵੀ ਖੇਤੀ ਕਰਦੇ ਨੂੰ। ਹੁਣ ਤੇਰੇ ਕੋਲੋਂ ਦੋ ਚੀਜ਼ਾਂ ਖਰੀਦ ਸਕਦਾ, ਜੇ ਕੋਈ ਬੰਦਾ ਆਹ ਚੀਜ਼ ਖਰੀਦਣੀ ਚਾਹੁੰਦਾ। ਹਾਂਜੀ, ਤਾਂ ਆਹ ਵੀ ਖਰੀਦ ਲੇ। ਹਾਂਜੀ, ਤੇ ਜੇ ਕੋਈ ਬੀਜ ਖਰੀਦਣਾ ਚਾਹੁੰਦਾ? ਬੀਜ ਵੀ ਮਿਲ ਜਾਏਗਾ ਜੀ। ਬੀਜ ਮਿਲ ਜੂਗਾ? ਹਾਂਜੀ। ਤੇ ਬੀਜ ਦੀ ਖੇਤੀ ਕਿਵੇਂ ਹੁੰਦੀ? ਆਪਾਂ ਮਾੜਾ ਜਿਹਾ ਖੇਤ ਜਾ ਕੇ ਦੱਸੋਗੇ ਵੀ ਕੀ ਪੈਂਦਾ, ਕਿਵੇਂ ਪੈਂਦਾ? ਬਿਲਕੁਲ ਜੀ, ਦੱਸ ਦਿੰਦੇ। ਹੈਂ, ਬਿਲਕੁਲ। ਅਮਨ, ਆਹ ਲਿਖੇ ਵੇ ਇਹਦੇ ਫਾਇਦੇ? ਹਾਂਜੀ, ਫਾਇਦੇ ਲਿਖੇ ਹੋਏ ਜੀ ਪਿੱਛੇ। ਇੱਕ ਤਾਂ ਹੋ ਗਿਆ ਕੈਸਟਰੋਲ। ਹਾਂਜੀ, ਬਿਲਕੁਲ ਜੀ। ਇੱਕ ਹੋ ਗਿਆ ਆਹ, ਕੀ ਆ? એનર્ਜੀ ਵਾਸਤੇ ਜੀ। ਅੱਛਾ, એનર્ਜੀ ਹੋ ਗਿਆ। ਹਾਂਜੀ, ਜੁਆਇੰਟ। ਅੱਛਾ, ਜੁਆਇੰਟ ਦਾ ਜਿਹਦੇ ਜੋੜਾਂ ਦੇ ਦਰਦ ਉਹਦੇ ਕੰਮ ਵੀ ਆਉਂਦਾ ਜੀ। ਅੱਛਾ, ਹਾਰਟ ਤੋਂ? ਹਾਰਟ ਵਾਸਤੇ ਸਭ ਤੋਂ ਬੈਸਟ, ਹਾਰਟ ਵਾਸਤੇ ਹੈ ਜੀ। ਤੇ ਖੰਘ ਤੋਂ ਹੋ ਗਿਆ? ਹਾਂਜੀ, ਇਹ ਬੱਚਿਆਂ ਵਾਸਤੇ ਜਿਹਦਾ ਸਿਹਤ ਦਾ ਆਪਾਂ ਯੂਜ਼ ਕਰਦੇ ਨਾ, ਸਿਹਤ ਵਿੱਚ ਪਾ ਕੇ ਇਹ ਬੱਚਿਆਂ ਨੂੰ ਦੇ ਸਕਦੇ। ਖੰਘ ਜ਼ੁਕਾਮ ਦਾ ਕਾਫੀ ਹਾਂ ਬੈਨੀਫਿਟ ਹੈ ਜੀ। ਕਫ ਤੇ ਕੋਲਡ ਹੋ ਗਿਆ? ਬਿਲਕੁਲ ਜੀ। ਤੇ ਆ ਬਲੱਡ? ਹਾਂਜੀ, ਬਲੱਡ ਸਰਕੂਲੇਸ਼ਨ ਦਾ ਜੀ। ਹਾਂ, ਬਲੱਡ ਸਰਕੂਲੇਸ਼ਨ ਵਾਸਤੇ ਹੋ ਗਿਆ। ਬਿਲਕੁਲ ਜੀ। ਤੇ ਇਹ ਗੱਲਾਂ ਉਈ ਬਾਤੀਆਂ ਜਾਂ ਇਹ ਵਾਕਈ ਵੈਰੀਫਾਈਡ ਆ? ਨਹੀਂ, ਵੈਰੀਫਾਈਡ ਹੈ ਜੀ, ਟੈਸਟਡ ਹੈ ਇਹ। ਫਸਾਈ ਲਾਇਸੈਂਸ ਵੀ ਹੈਗਾ ਜੀ, ਅਪੇਡਾ ਦੇ ਲਾਇਸੈਂਸ ਵੀ ਹੈਗੇ ਨੇ, ਸਾਰੇ ਲਾਇਸੈਂਸ ਹੈਗੇ ਨੇ ਜੀ ਟੈਸਟਿੰਗ। ਹਾਂਜੀ, ਟੈਸਟਿੰਗ ਹੋ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਵੇਚ ਸਕਦੇ ਹਾਂ ਜੀ। ਇੱਦਾਂ ਆਪਾਂ ਐਮਾਜ਼ੋਨ 'ਤੇ ਵੇਚ ਨਹੀਂ ਸਕਦੇ ਜੀ। ਆਹ ਜਿਹੜਾ ਫਸਾਈ ਦਾ, ਇਹ ਕੋਈ ਲਾਇਸੈਂਸ ਮਿਲਦਾ? ਇਹ ਲਾਇਸੈਂਸ ਹੈ ਜੀ, ਇੰਟਰਨੈਸ਼ਨਲ ਲਾਇਸੈਂਸ ਹੈ ਜੀ। ਜਿੱਦਾਂ ਸਾਡਾ USA ਵੀ ਜਾਂਦਾ ਜੀ, ਕੈਨੇਡਾ ਵੀ ਜਾਂਦਾ, ਦੁਬਈ ਵੀ ਜਾਂਦਾ ਜੀ। ਕਿੰਨੇ ਕੁ ਭਾਅ ਨੂੰ ਵਿਕ ਜਾਂਦਾ ਆਹ ਚੀਜ਼? ਕਿੰਨੇ ਕਿੰਨੇ ਰੇਟ ਨੂੰ ਵਿਕ ਜਾਂਦੀ ਹੈ ਇਹ ਵਾਲੀ? 1500 ਰੁਪਏ ਤੋਂ ਲੈ ਕੇ 2000 ਰੁਪਏ ਕਿਲੋ ਤੱਕ ਵਿਕ ਜਾਂਦੀ ਹੈ ਜੀ। ਬਾਕੀ ਐਮਾਜ਼ੋਨ 'ਤੇ ਤਾਂ ਇਹ 3500 ਰੁਪਏ ਕਿਲੋ ਵਿਕਦੀ ਹੈ ਜੀ। ਅੱਛਾ, ਹਾਂਜੀ। ਮਤਲਬ ਤੁਸੀਂ ਘਰੇ ਬੈਠੇ ਬੈਠੇ ਵਧੀਆ ਕਾਰੋਬਾਰ ਕਰ ਰਹੇ ਹੋ? ਬਿਲਕੁਲ ਜੀ, ਘਰੇ ਆਪਣੇ ਘਰੇ ਚੱਲਦੇ ਜੀ। ਪਹਿਲਾਂ ਆਪਾਂ ਸਿੱਧਾ ਹੀ ਮਤਲਬ ਉਹਨੂੰ ਦੇ ਦਿੰਦੇ ਹੁੰਦੇ ਜੀ ਵਪਾਰੀ ਨੂੰ ਨਾ। ਪਹਿਲਾਂ ਖੇਤੀ ਕਰਦੇ ਸੀਗੇ ਇਕੱਲੀ। ਹਾਂ, 3 ਸਾਲ ਤੋਂ ਆਪਾਂ ਆਪ ਖੁਦ ਵਪਾਰ ਸ਼ੁਰੂ ਕਰਿਆ ਜੀ। ਮਤਲਬ ਕਿਸਾਨ ਵਪਾਰੀ ਬਣ ਗਿਆ? ਬਿਲਕੁਲ ਜੀ, ਖੁਦ ਕਿਸਾਨ ਆਪਣੀ ਮਿੱਟੀ ਨੂੰ ਸੋਨਾ ਬਣਾ ਕੇ ਵੇਚਣ ਲੱਗ ਗਿਆ। ਬਿਲਕੁਲ ਜੀ। ਤੁਸੀਂ ਦੇਖੋ, ਹਰ ਕਿਸਾਨ ਨੂੰ ਐਵੇਂ ਹੋਣਾ ਪੈਣਾ ਜਿਵੇਂ ਚਾਈਨਾ ਦੇ ਵਿੱਚ ਘਰ ਘਰ ਮੋਬਾਈਲ ਬਣਦੇ ਆ ਨਾ, ਉਵੇਂ ਘਰ ਘਰ ਫੈਕਟਰੀ ਬਣਨੀ ਪੈਣੀ ਆ ਆਪਾਂ ਨੂੰ, ਜੇ ਆਪਾਂ ਦੁਨੀਆ ਤੋਂ ਡਾਲਰ ਕਮਾਉਣੇ ਆ। ਆਹ ਬੰਦਾ ਆਪਦੀ ਫਸਲ ਦੇ ਡਾਲਰ ਕਮਾ ਰਿਹਾ, ਤੁਸੀਂ ਇਹ ਦੇਖੋ। ਹੁਣ 1 ਕੁਇੰਟਲ ਹੀ ਕੈਨੇਡਾ ਭੇਜਿਆ ਜੀ ਅੰਕਲ ਜੀ, ਉਹ ਆਏ ਸੀ ਛੁੱਟੀ, ਉਹ ਨਾਲੇ ਲੈ ਕੇ ਗਏ ਜੀ, ਉਹ ਇੱਥੇ ਵਿਜ਼ਿਟ ਕਰਕੇ ਗਏ, ਚੈੱਕ ਕਰਵਾਇਆ ਉਹਨਾਂ ਨੇ, ਆਪਣਾ ਵੀ ਖੁਦ ਦਾ ਟੈਸਟਿੰਗ ਕਰਵਾਈ ਉਹਨਾਂ ਨੇ, ਫਿਰ ਉਸ ਤੋਂ ਬਾਅਦ ਉਹਨਾਂ ਨੇ ਆਰਡਰ ਦਿੱਤਾ, 1 ਕੁਇੰਟਲ ਲੈ ਕੇ ਗਏ ਜੀ ਉਹ। ਵਾਹ, ਪਹਿਲੀ ਵਾਰੀ ਲੈ ਕੇ ਗਏ ਜੀ ਉਹ। ਚੱਲ ਆਉਣੇ, ਹੁਣ ਨਾ ਐਂ ਕਰ ਵੀ ਦੇਖ, ਤੂੰ ਆਪਦੇ ਕੰਮ ਦੀ ਐਡ ਤਾਂ ਕਰ ਲਈ ਆ, ਤੇਰੇ ਕੰਮ ਦੀ ਐਡ ਹੋ ਗਈ ਆ। ਠੀਕ ਹੈ ਜੀ। ਤੇ ਹੁਣ ਬਾਈ ਬਣ ਕੇ ਕਿਸਾਨਾਂ ਨੂੰ ਵੀ ਦੱਸ ਦੇ ਵੀ ਇਹ ਕਿਵੇਂ, ਹੋਰ ਕੋਈ ਕਿਸਾਨ ਕਿਵੇਂ ਲਾ ਸਕਦਾ। ਬਿਲਕੁਲ ਜੀ, ਹਨਾ, ਤੇ ਉਹਦੇ ਬਾਰੇ ਵੀ ਜਾਣਕਾਰੀ ਆਪਾਂ ਲੈ ਲਈਏ। ਵੀ ਆਪਾਂ ਲਸਣ ਦੀ ਖੇਤੀ ਬਾਰੇ ਨਾ ਥੋੜ੍ਹੀ ਜਾਣਕਾਰੀ ਵੀ ਲੈ ਲਈਏ। ਵੈਸੇ ਲਸਣ ਦੀ ਜਿਹੜੀ ਬਿਜਾਈ ਦਾ, ਇਸ ਲਸਣ ਦੀ ਬਿਜਾਈ ਦਾ ਜਿਹੜਾ ਹੈਗਾ ਟਾਈਮ ਆ, ਉਹ ਲੰਘ ਚੁੱਕਿਆ। ਬਿਲਕੁਲ, ਲੰਘ ਗਿਆ ਨਾ। ਬਿਲਕੁਲ, ਪਰ ਫਿਰ ਵੀ ਜੇ ਹੁਣ ਆਪਾਂ ਲਸਣ ਦੇ ਫਾਇਦਿਆਂ ਦੀ ਗੱਲ ਕੀਤੀ ਹੈ, ਤਾਂ ਆਪਾਂ ਨੂੰ ਲਸਣ ਦੀ ਬਿਜਾਈ ਵੀ ਜੇ ਕਿਸੇ ਕਿਸਾਨ ਨੇ ਬੀਜਣੀ ਹੁੰਦੀ ਆ, ਤਾਂ ਅਗਲੇ ਸਾਲ ਬੰਦਾ ਬੀਜ ਲਈ ਸੰਪਰਕ ਕਰ ਸਕਦਾ। ਬਿਲਕੁਲ, ਹੈ ਨਾ। ਬਿਲਕੁਲ, ਤਾਂ ਅਮਨੇ ਬਾਈ, ਇਹ ਕਿਹੜੀ ਰੁੱਤ 'ਚ ਲੱਗਦਾ? ਮਤਲਬ ਜੇ ਇਹਦੀ ਇਹ ਕਿੰਨੇ ਚਿਰ 'ਚ ਜੰਮਦਾ, ਕਿੰਨੇ ਚਿਰ 'ਚ ਇਹ ਜਦੋਂ ਲੱਗ ਗਿਆ? ਇਹ ਆਈਆਂ ਨਹੀਂ ਬਾਹਰ? ਹਾਂਜੀ, ਇਹ 1-10 ਤਰੀਕ ਤੋਂ ਮਤਲਬ ਇਹਦੀ ਨਾ ਬਿਜਾਈ ਸ਼ੁਰੂ ਹੋ ਜਾਂਦੀ ਹੈ ਜੀ। ਆ ਜਿਹੜੀ ਪਿੱਛੇ 10 ਲੰਘੀ ਹੈ? ਹਾਂਜੀ, 10 ਅਕਤੂਬਰ ਤੋਂ। 10 ਅਕਤੂਬਰ ਤੋਂ ਸ਼ੁਰੂ ਹੋ ਕੇ ਜੀ ਆਪਾਂ ਪੂਰੇ ਅਕਤੂਬਰ ਤੱਕ ਬਿਜਾਈ ਕਰ ਸਕਦੇ ਹਾਂ ਜੀ, ਇਹਦੀ 31 ਅਕਤੂਬਰ ਤੱਕ। ਠੀਕ ਆ, ਮਤਲਬ ਅੱਜ ਦੇ ਦਿਨ ਤੱਕ? ਬਿਲਕੁਲ ਜੀ। ਠੀਕ ਆ, ਹਾਂਜੀ, ਕਰ ਸਕਦੇ। ਅਤੇ ਇਹ ਕਿੰਨੇ ਚਿਰ ਬਾਅਦ ਬਾਹਰ ਆਉਂਦਾ ਇਹ? ਜਦੋਂ ਤੁਸੀਂ ਮੰਨ ਲਓ 10 ਅਕਤੂਬਰ ਨੂੰ ਲਾਤੇ ਜੀ, ਇਹ ਪੂਰੇ 40 ਦਿਨ ਲਾਉਂਦਾ ਜੀ ਇਹ ਬਾਹਰ ਆਉਣ ਲਈ, ਬਾਹਰ ਆਉਣ ਵਾਸਤੇ ਜੀ। ਕਈ ਲੋਕ ਸਾਤੋਂ ਲੈ ਕੇ ਜਾਂਦੇ ਜੀ, ਫਿਰ ਉਹ ਸਾਨੂੰ ਫੋਨ ਵੀ ਕਰੀ ਜਾਂਦੇ, ਪਰੇਸ਼ਾਨ ਹੋ ਜਾਂਦੇ, ਮੇਰੇ ਤਾਂ ਉੱਗਿਆ ਹੀ ਨਹੀਂ। ਫਿਰ ਆਪਾਂ ਉਹਨਾਂ ਨੂੰ ਸਮਝਾਉਂਦੇ ਵੀ ਇਹਨੂੰ 30 ਦਿਨ ਲੱਗ ਜਾਂਦੇ ਜੀ, ਘੱਟੋ ਘੱਟ 30-40 ਦਿਨ ਬਾਹਰ ਆਉਣ ਵਾਸਤੇ ਲੱਗ ਜਾਂਦੇ। ਇਹ ਬੈੱਡਾਂ 'ਤੇ ਹੀ ਲੱਗਦਾ? ਬਿਲਕੁਲ, ਇਹ ਬੈੱਡਾਂ 'ਤੇ ਤਾਂ ਬਹੁਤ ਵਧੀਆ ਹੁੰਦਾ ਜੀ, ਮਤਲਬ ਜਿਹੜੀ ਥੱਲੋਂ ਨਿਕਲਿਆ ਨਾ ਜੀ, ਇਹ ਆਪਾਂ ਦਿਖਾਇਆ ਜੀ ਕਸ਼ਮੀਰੀ ਲਸਣ ਜਿਹੜਾ ਥੱਲੋਂ ਨਿਕਲਣਾ, ਉਹਦਾ ਜਿਹੜਾ ਸਹਿਜ ਮੋਟਾ ਨਿਕਲਦਾ ਜੀ, ਫਿਰ ਇੱਕ ਬੈੱਡਾਂ 'ਤੇ। ਹਾਂਜੀ, ਬੈੱਡਾਂ 'ਤੇ ਇੱਕ ਪਟਾਈ ਕਰਕੇ ਬਹੁਤ ਆਸਾਨ ਰਹਿੰਦਾ ਜੀ, ਕਿਉਂਕਿ ਇਹ ਨਾ ਥੱਲੇ 6 ਇੰਚ ਚਲੇ ਜਾਂਦਾ ਜੀ। ਜਿਹੜਾ ਆਪਣਾ ਦੇਸੀ ਹੁੰਦਾ ਜੀ, ਉਹ ਤਾਂ ਆਪਾਂ ਵੈਸੇ ਹੀ ਪੱਟ ਕੇ ਇੱਦਾਂ ਮਤਲਬ ਹੋ ਜਾਂਦਾ ਜੀ, ਬਾਹਰ ਆ ਜਾਂਦਾ ਜੀ ਉਹ ਜ਼ਮੀਨ ਤੋਂ ਨਾ, ਇਹ 6 ਇੰਚ ਥੱਲੇ ਚਲੇ ਜਾਂਦਾ ਜੀ। ਖੋਪੇ ਨਾਲ ਰੰਬੇ ਨਾਲ ਜਦੋਂ ਫਿਰ ਪੱਟਣਾ ਪੈਂਦਾ ਨਾ ਜੀ ਇਹਨੂੰ। ਅਤੇ ਗੜਾਈ ਸਪਰੇ ਨਾਲ ਸਰ ਜਾਂਦਾ? ਸਪਰੇਆਂ ਤਾਂ ਜੀ ਮਤਲਬ ਇਹ ਇੱਦਾਂ ਦੀ ਫਸਲ ਹੈ ਜੀ, ਸਪਰੇ ਤਾਂ ਇਹਨੂੰ ਕੁਛ ਹੁੰਦੀ ਹੋ ਨਹੀਂ ਜੀ, ਕੋਈ ਸਪਰੇ ਨਹੀਂ ਹੁੰਦੀ, ਕੋਈ ਬਿਮਾਰੀ ਨਹੀਂ ਜੀ ਇਹਨੂੰ, ਕੋਈ ਯੂਰੀਆ ਨਹੀਂ, ਕਾਸੇ ਦੀ ਲੋੜ ਨਹੀਂ ਹੈ ਜੀ। ਪਹਿਲਾਂ ਜਦੋਂ ਆਪਾਂ ਬੀਜਣਾ? ਹਾਂਜੀ, ਉਦੋਂ ਆਪਾਂ ਕੀ ਪਾਉਣਾ? ਉਦੋਂ 1 ਏਕੜ ਦੇ ਵਿੱਚ ਜੀ ਤੁਸੀਂ 15 ਟਰਾਲੀਆਂ ਦੇਸੀ ਰੇਹ ਦੀਆਂ ਪਾ ਦਿਓ ਜੀ, 15 ਪੈ ਗਈਆਂ ਬਸ, ਉਹੀ ਪਾਉਣਾ ਜੀ ਸਿਰਫ। ਪੋਟਾਸ, ਕੋਈ ਯੂਰੀਆ, ਕੋਈ ਪੋਟਾਸ ਜੇ ਤੁਸੀਂ ਪਾਉਣਾ ਚਾਹੁੰਦੇ
ਇੱਕ ਜਦੋਂ ਲਸਣ ਯਾਰ ਸਿਰੇ ਤੇ ਜਾ ਵੜਦਾ ਨਾ ਉਦੋਂ ਕਈ ਵਾਰੀ ਲਸਣ ਮੱਚ ਜੇ ਜਾਂਦਾ ਹਾਂਜੀ ਹਾਂਜੀ ਉੱਪਰ ਹਾਂਜੀ 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 ਉਹ ਉਹਦਾ ਕੀ ਇਲਾਜ ਆ ਇਹਨੂੰ ਬਿਮਾਰੀ ਪੈਂਦੀ ਨਹੀਂ ਬਾਈ ਜੀ ਬਹੁਤ ਘੱਟ ਪੈਂਦੀ ਹੈ ਇਹਨੂੰ ਹਾਂਜੀ ਪੰਜਾਬ ਦੇ ਵਾਤਾਵਰਨ 'ਚ ਵਧੀਆ ਹੋ ਜਾਂਦਾ ਬਹੁਤ ਵਧੀਆ ਹੋ ਜਾਂਦਾ ਜੀ ਬਸ ਇਹ ਹੈ ਕਿ ਇਹਦਾ ਥੱਲੇ ਦਾ ਧਿਆਨ ਰੱਖਣਾ ਪੈਂਦਾ ਜੀ ਜਿਹੜੀ ਪੰਜਾਬ ਦੀ ਥੱਲੋਂ ਨਿਕਲਦੀ ਹੈ ਜੀ ਕਸ਼ਮੀਰੀ ਲਸਣ ਕਹਿੰਦੇ ਜਿਹੜੀ ਇਹਨੂੰ ਉਹ ਥੋੜ੍ਹੀ ਜਿਹੀ ਕੁਆਲਿਟੀ ਉਹਦੀ ਲੋਅ ਹੋ ਜਾਂਦੀ ਜੀ ਅੱਛਾ ਹਾਂਜੀ ਤੇ ਜਿਹੜੀ ਕਸ਼ਮੀਰ 'ਚ ਹੁੰਦੀ ਵੈਸੇ ਅਸਲੀ ਫਸਲ ਇਹ ਕਸ਼ਮੀਰ ਦੀ ਹੈ ਜੀ ਪਰ ਉਰੇ ਪੰਜਾਬੀਆਂ ਨੇ ਉਰੇ ਵੀ ਕਰਤੀ ਜੀ ਸਾਨੂੰ 25 ਸਾਲ ਹੋ ਗਏ ਜੀ ਕਰਦੇ ਨੂੰ ਫਾਦਰ ਸਾਹਿਬ ਕਰਦੇ ਸੀਗੇ ਜੀ ਪਹਿਲਾਂ ਤੇ ਹੁਣ ਅਸੀਂ ਕੰਟੀਨਿਊ ਕਰੀ ਹੋਈ ਹੈ ਜੀ ਕੰਮ ਅੱਛਾ ਪਹਿਲਾਂ ਉਹ ਬੀਜਦੇ ਸੀਗੇ ਹਾਂਜੀ ਫਿਰ ਉਸ ਤੋਂ ਬਾਅਦ ਉਹ ਵਪਾਰੀ ਨੂੰ ਵੇਚ ਦਿੰਦੇ ਸੀ ਤੁਸੀਂ ਖੁਦ ਆ ਵਪਾਰੀ ਵੀ ਖੁਦ ਬਣ ਗਏ ਬਿਲਕੁਲ ਜੀ ਤੇ ਖੁਦ ਤੁਸੀਂ ਆਪਦੀ ਪ੍ਰੋਡਕਸ਼ਨ ਖੁਦ ਵੇਚਦੇ ਆ ਖੁਦ ਹੀ ਉਗਾਉਂਦੇ ਖੁਦ ਹੀ ਕਿਸਾਨ ਆ ਖੁਦ ਹੀ ਵਪਾਰੀ ਹਾਂਜੀ ਸਰ ਹਾਂਜੀ ਹਾਂ ਹੁਣ ਆਪਣੇ ਨਾਲ ਜਿਹੜਾ ਜ਼ਿਮੀਦਾਰ ਸੰਪਰਕ ਕਰੇ ਉਹ ਇਸ ਜਿਹੜਾ ਵੀ ਬੰਦਾ ਕਸਟਮਰ ਅਸਲ ਜ਼ਿਮੀਦਾਰ ਨੇ ਹਾਂਜੀ ਉਹ ਇਹਨੂੰ ਖਰੀਦਣ ਲਈ ਕਰੇ ਹਾਂਜੀ ਇਹ ਵੀ ਖਰੀਦ ਸਕਦੇ ਹਾਂ ਜੀ ਜੇ ਅਸੀਂ ਜਿਹੜਾ ਇਹ ਬੀਜ ਖਰੀਦਣੇ ਵਾਸਤੇ ਕੋਈ ਵੀ ਸੰਪਰਕ ਕਰਦਾ ਨਾ ਜੀ ਅਸੀਂ ਉਹਨੂੰ 10 ਕਿਲੋ ਤੋਂ ਵੱਧ ਬੀਜ ਨਹੀਂ ਦਿੰਦੇ ਜੀ ਅੱਛਾ ਹਾਂਜੀ ਸਾਡਾ ਰੂਲ ਹੈ ਜੀ ਤਾਂ ਜੋ ਉਹਦਾ ਨੁਕਸਾਨ ਬੀਜ ਮਹਿੰਗਾ ਹੈ ਜੀ ਤਾਂ ਜੋ ਉਹਦਾ ਨੁਕਸਾਨ ਨਾ ਹੋਵੇ ਵੀ ਕਿੰਨੇ ਰੁਪਏ ਮਹਿੰਗਾ ਕਿੰਨਾ ਪਿਛਲੇ ਸਾਲ ਤਾਂ ਜੀ ਪਿਛਲੇ ਸਾਲ ਦੀ ਮੈਂ ਤੁਹਾਨੂੰ ਗੱਲ ਦੱਸਦਾ ਜੀ ਇਹ 250 ਰੁਪਏ ਕਿਲੋ ਤੇ ਵਿਕਣਾ ਸ਼ੁਰੂ ਹੋਇਆ ਤਾਂ ਜੀ 250 ਰੁਪਏ ਕਿਲੋ ਤੇ 2022 ਰੁਪਏ ਕਿਲੋ ਤੱਕ ਬੀਜ ਵਿਕਿਆ ਜੀ ਇਹਦਾ ਐਕਸਪੋਰਟ ਹੋਇਆ ਜੀ ਇਹਦਾ ਬੀਜ ਅੱਛਾ ਹਾਂਜੀ ਤੁਸੀਂ ਪਾਕਿਸਤਾਨ ਦੀਆਂ ਜਾਂ ਅਫਗਾਨਿਸਤਾਨ ਦੀਆਂ ਕੱਢ ਕੇ ਦੇਖ ਲਈ ਉੱਥੇ 15,000 20,000 ਰੁਪਏ ਕਿਲੋ ਬੀਜ ਵਿਕਿਆ ਜੀ ਇੱਕ ਕਿਲੋ ਅਸੀਂ 400 ਟਨ ਐਕਸਪੋਰਟ ਕਰਿਆ ਜੀ ਐਕਸਪੋਰਟ ਵੀ ਕਰਿਆ ਜੀ ਅਸੀਂ ਖੁਦ ਐਕਸਪੋਰਟ ਕਰਿਆ ਜੀ ਅੱਛਾ ਹਾਂਜੀ ਤੇ ਉਹ ਹੁਣ ਤਾਂ ਮਤਲਬ ਤਕਰੀਬਨ ਆਪਾਂ ਕਹਿ ਲਈਏ ਵੀ ਰੁੱਤ ਜਾਂਦੀ ਹੈ ਕੋਈ ਇੱਕ ਦੋ ਦਿਨਾਂ 'ਚ ਬੀਜਲੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਨਹੀਂ ਤਾਂ ਫਿਰ ਅਗਲੇ ਸਾਲ ਟਰਾਈ ਕਰਨਾ ਚਾਹੀਦਾ ਜੀ ਸਾਹਿਬ ਨੂੰ ਥੋੜ੍ਹਾ ਥੋੜ੍ਹਾ ਲਾਓ ਜੀ ਜ਼ਿਆਦਾ ਨਾ ਲਾਓ ਲਾਲਚ ਨਾ ਕਰੋ ਥੋੜ੍ਹੇ ਥੋੜ੍ਹੇ ਨਾਲ ਆਪਣਾ ਘਰ ਦਾ ਬੀਜ ਤਿਆਰ ਹੋ ਜਾਂਦਾ ਜੀ ਤੇ ਅਗਲੇ ਸਾਲ ਤੁਸੀਂ ਇਹ ਤਾਂ ਯਾਰ ਬੀਜ ਲੱਗਦਾ ਹੀ ਬਹੁਤ ਜ਼ਿਆਦਾ ਪੈ ਜਾਂਦਾ ਉਹ ਐਡੀ ਗੰਢੀ ਆ ਇੱਕ ਲੱਗਣੀ ਹੈ ਬਿਲਕੁਲ ਜੀ ਹੈ ਬਿਲਕੁਲ ਜੀ ਇਹ ਤਾਂ ਪੁੱਤ ਦਾ ਇੱਕ ਤਾਂ ਉਹ ਗੰਢੀ ਐਡੀ ਆ ਯਾਰ ਹਾਂਜੀ ਤੇ ਇੱਕ ਗੰਢੀ ਨੇ ਇੱਕ ਥਾਂ ਹੀ ਲੱਗਣਾ ਇੱਕ ਥਾਂ ਹੀ ਲੱਗਣਾ ਜੀ 15 ਕੁਇੰਟਲ ਬੀਜ ਲੱਗਦਾ ਜੀ ਇੱਕ ਏਕੜ 'ਚੋਂ ਅੱਛਾ ਕਿੱਲਾ ਬੀਜਣਾ 15 ਕੁਇੰਟਲ ਬੀਜ ਪੈ ਜਾਂਦਾ ਹਾਂਜੀ 70 ਕੁਇੰਟਲ ਝਾੜ ਨਿਕਲਦਾ ਜੀ ਸੁੱਕਾ ਝਾੜ ਵੀ ਕਾਫੀ ਹੈ ਜੀ ਇੱਕ ਤੁਹਾਨੂੰ ਮੈਂ ਹੋਰ ਵੀ ਗੱਲ ਜ਼ਰੂਰੀ ਦੱਸਣੀ ਚਾਹੁੰਦਾ ਜੀ ਇੱਕ ਹਾਂ ਅਸੀਂ ਆਪ ਖੁਦ ਨਾ 2 ਸਾਲ ਤੋਂ ਲੱਗੇ ਹੋਏ ਜੀ ਅਸੀਂ ਦੇਸੀ ਦਾ ਬੀਜ ਤਿਆਰ ਕਰ ਰਹੇ ਹਾਂ ਜੀ ਦੇਸੀ ਲਸਣ ਹੁੰਦਾ ਜੀ ਜਿਹੜਾ ਆਪਣਾ ਉਹਦਾ ਅਸੀਂ 70 ਕੁਇੰਟਲ ਝਾੜ ਕੱਢਣਾ ਜੀ ਨੋਰਮਲੀ ਜਿਹੜਾ ਆਪਾਂ ਦੇਸੀ ਲਸਣ ਉਹ ਹਰ ਸਾਰੇ ਪੰਜਾਬ 'ਚ ਲੱਗਦਾ ਜੀ ਹਰਿਆਣੇ 'ਚ ਯੂਪੀ 'ਚ ਲੱਗਦਾ ਜੀ 40 ਤੋਂ 45 ਕੁਇੰਟਲ ਝਾੜ ਆ ਜੀ ਜ਼ੋਰ ਲਾ ਕੇ ਜਿਹੜਾ ਅਸੀਂ ਬੀਜ ਤਿਆਰ ਕਰ ਰਹੇ 2 ਸਾਲ ਤੋਂ ਅਸੀਂ ਮਿਹਨਤ ਕਰ ਰਹੇ ਜੀ ਅਗਲੇ ਸਾਲ ਅਸੀਂ ਲਾਂਚ ਕਰੂੰਗੇ ਜੀ ਪਰਮਾਤਮਾ ਕਿਰਪਾ ਕਰੀ ਤੁਹਾਨੂੰ ਬੁਲਾਉਂਗੇ ਜੀ ਅਸੀਂ ਅਤੇ ਉਹਦਾ 70 ਕੁਇੰਟਲ ਝਾੜ ਨਿਕਲੇਗਾ ਜੀ ਅਤੇ ਅਮਨ ਕਿੰਨੇ ਦੀ ਇੱਕ ਕਿੱਲੇ ਦੀ ਫਸਲ 'ਚੋਂ ਆਹ ਵਪਾਰੀ ਨੂੰ ਵੇਚ ਕੇ ਚਲੋ ਤੂੰ ਤਾਂ ਆਪ ਵੇਚ ਰਿਹਾ ਗੱਲ ਵੱਖਰੀ ਹੈ ਬਿਲਕੁਲ ਜੀ ਵਪਾਰੀ ਨੂੰ ਵੇਚ ਕੇ ਉਹ ਬੀਜ ਵਪਾਰੀ ਨੂੰ ਵੇਚ ਕੇ ਇੱਕ ਜ਼ਿਮੀਦਾਰ ਆਮ ਜ਼ਿਮੀਦਾਰ ਨੂੰ ਇੱਕ ਕਿੱਲੇ 'ਚੋਂ ਕਿੰਨਾ ਫਾਇਦਾ ਹੋ ਸਕਦਾ ਸਾਡੇ ਪਿੰਡ ਦੇ ਵਿੱਚ ਸਾਰਾ ਹੀ ਪਿੰਡ ਸਾਡਾ ਆਹੀ ਲਸਣ ਦੀ ਖੇਤੀ ਕਰਦਾ ਜੀ ਸੈਣੀ ਮਾਜਰਾ ਪਿੰਡ ਹੈ ਜੀ ਮੋਹਾਲੀ ਡਿਸਟ੍ਰਿਕਟ ਚਾਹੇ ਕੋਈ ਅੱਧਾ ਕਿੱਲਾ ਲਾਵੇ ਚਾਹੇ ਇੱਕ ਕਿੱਲਾ ਲਾਵੇ ਚਾਹੇ 2 ਲਾਵੇ ਪਿਛਲੇ ਸਾਲ ਇੱਕ ਕਿੱਲੇ ਵਿੱਚੋਂ ਜੀ ਇਹ 1,000 ਰੁਪਏ ਕਿਲੋ ਵਿਕੀ ਹੈ ਜੀ ਹਾਂਜੀ 1,000 ਰੁਪਏ ਕਿਲੋ ਵਪਾਰੀ ਲੈ ਕੇ ਗਏ ਜੀ ਬਾਹਰ ਦੇ ਵਪਾਰੀ ਅੱਛਾ ਤੇ 8 ਕੁਇੰਟਲ ਇੱਕ ਕਿਲੋ 'ਚ ਹੋ ਜਾਂਦੀ ਜੀ ਇੱਕ ਕਿੱਲੇ ਵਿੱਚੋਂ 8 ਕੁਇੰਟਲ 8 ਲੱਖ ਰੁਪਏ ਦੀ ਇਕੱਲੀ ਇਹੀ ਹੋਈ ਹੈ ਜੀ ਇੱਕ ਕਿੱਲੇ 'ਚੋਂ ਵਪਾਰੀ ਨੂੰ ਦੇ ਕੇ ਜੀ ਤੁਸੀਂ ਤਾਂ ਸਾਰੀਆਂ ਜੇਬਾਂ ਰੁਪਈਆਂ ਨਾਲ ਭਰ ਲਈਆਂ ਹੋਣਗੀਆਂ ਬਿਲਕੁਲ ਜੀ ਤੁਸੀਂ ਕਿਸੇ ਵੀ ਉਰੇ ਮੇਰੇ ਪਿੰਡ 'ਚ ਕਿਸੇ ਨੂੰ ਪੁੱਛ ਸਕਦੇ ਜੀ ਅੱਛਾ ਇੰਨਾ ਵਧੀਆ ਹੈ ਮਤਲਬ ਇਹ ਚੀਜ਼ ਬਿਲਕੁਲ ਜੀ ਬਿਲਕੁਲ ਅੱਛਾ ਇਹ ਹੋਇਆ ਥੋੜ੍ਹਾ ਜਿਹਾ ਤਾਂ ਹੈ ਜੀ ਪਹਿਲਾਂ ਨਾ ਇਹ 50 ਰੁਪਏ ਕਿਲੋ ਲੈ ਕੇ ਚਲੇ ਜਾਂਦੇ ਤੇ ਜੀ ਜਿਹੜੇ ਵਪਾਰੀ ਤੇ ਜੀ 50 ਰੁਪਏ ਕਿਲੋ 100 ਰੁਪਏ ਕਿਲੋ ਬੜੀ ਹੱਦ 250 ਰੁਪਏ ਕਿਲੋ ਜਦੋਂ ਤੋਂ ਆਪਾਂ ਨੇ ਸ਼ੁਰੂ ਕਰਿਆ ਜੀ ਕੰਮ ਉਦੋਂ ਤੋਂ ਰੇਟ ਚੱਕ ਹੋਇਆ ਜੀ ਇਹਦਾ ਇਹ ਸਾਰਾ ਪਿੰਡ ਗਵਾਹ ਜੀ ਸਾਰੇ ਪਿੰਡ ਮਤਲਬ ਕਹਿੰਦਾ ਜੀ ਹਾਂ ਵੀ ਜਦੋਂ ਆਪਾਂ ਸ਼ੁਰੂ ਕਰਿਆ ਜੀ ਕੰਮ ਜਦੋਂ ਤੇਰੇ ਵਰਗਾ ਮੁੰਡਾ ਇੱਕ ਪਿੰਡ 'ਚ ਉੱਠ ਖੜਦਾ ਸਾਰੇ ਪਿੰਡ ਦੀ ਕਿਸਮਤ ਬਦਲ ਦਿੰਦਾ ਬਿਲਕੁਲ ਸਰ ਬਿਲਕੁਲ ਜੀ ਵਾਹ ਪਿਛਲੇ ਸਾਲ 2,000 ਰੁਪਏ ਕਿਲੋ ਵਿਕਿਆ ਜੀ ਵਾਹ ਕਰੋੜਾਂ ਰੁਪਈਆ ਕਮਾਈ ਸਾਰਿਆਂ ਨੇ ਸ਼ੁਕਰ ਆ ਮਾਲਕ ਦਾ ਐਂ ਬਣਾਵੇ ਦਾਤਾ ਤੁਹਾਨੂੰ ਤਤ ਮਿਹਨਤ ਵੀ ਬਹੁਤ ਆ ਕਿਰਤ ਵੀ ਬਹੁਤ ਆ ਹਾਂਜੀ ਸਰ ਜਦੋਂ ਹਾਂਜੀ ਸਰ ਆਹ ਜਿਹੜੇ ਕੱਖ ਆ ਇਹ ਫਿਰ ਦਵਾਈ ਨਾਲ ਮਰ ਜਾਂਦੇ ਆ ਇਹ ਦਵਾਈ ਮਾਰਤੀ ਇੱਕ ਵਾਰੀ ਹੁਣ ਦਵਾਈ ਨਹੀਂ ਮਾਰਨੀ ਹੁਣ ਗੜਾਈ ਹੋ ਜਾਣੀ ਇਹਦੀ ਜਦੋਂ ਇਹ ਬੂਟਾ ਉੱਪਰ ਚਲੇ ਜਾਣਾ ਜੀ ਫਿਰ ਇਹਦਾ ਵਿੱਚ ਕੱਖ ਕੁੱਖ ਮਰ ਜਾਣਾ ਜੀ ਨਹੀਂ ਜਿਹੜਾ ਮੋਥਰਾ ਇਹਦੇ 'ਤੇ ਕੀ ਮਾਰਦੇ ਆ ਲੀਡਰ ਹਾਂਜੀ ਇਹਦੇ ਲੀਡਰ ਵੱਜੂ ਹੈ ਨਾ ਹਾਂਜੀ ਲੀਡਰ ਨਾਲ ਮਰ ਜਾਂਦਾ ਹੈ ਹਾਂਜੀ ਇਹਦੀ ਗੰਢੀ ਗਲ ਜਾਂਦੀ ਆ ਮੁਰਕ ਮੁਰਕੀ ਵਾਲੀ ਹੋਈ ਵੀ ਆ ਤੇਰੇ ਏਰੀਏ 'ਚ ਮੁਰਕ ਵਾਲੀ ਆ ਬਿਲਕੁਲ ਜੀ ਅਸੀਂ ਡਿੱਲਾ ਕਹਿੰਦੇ ਜੀ ਇੱਧਰ ਸਾਡੇ ਲੋਕਲ ਏਰੀਏ ਦਾ ਡਿੱਲਾ ਕਹੀ ਜਾਂਦਾ ਜੀ ਇਹਨੂੰ ਮਤਲਬ ਹਾਂ ਇਹ ਨਾ ਪਰਾਲੀ ਕਰਕੇ ਲੇਟ ਹੋ ਗਈ ਜੀ ਅਸੀਂ ਇਹ 'ਤੇ ਨਾ ਪਰਾਲੀ ਪੈ ਜਾਂਦੀ ਜੀ ਫਿਰ ਕੋਈ ਉਹ ਨਹੀਂ ਹੁੰਦਾ ਜੀ ਮਲਚਿੰਗ ਹੋ ਗਏ ਹੋ ਜਾਵੇ ਨਾ ਜੀ ਇਹਦੀ ਸਭ ਤੋਂ ਬੈਸਟ ਹੈ ਜੀ ਇਹ 'ਚ ਪਹਿਲਾਂ ਝੋਨਾ ਹੀ ਸੀ
हाँ जी झोना सीगा जी झोना गेता वढ लिया हाँ जी गेता वढ के करते जी वैसे असं लाते नहीं है जी झोना असं चारा बीज लाते पशुआ पशुआ चारा बीज लाते क्योंकि देखो जी अक्तूबर च लगना जी ये पटाई होनी जाके मई च अप्रैल के लास्ट बच्च मई के स्टार्टिंग पिछे तीन चार महीने बचते हैं जी वो डंगर वास्ते घा फूस हो जाता जी चारा हो जाता जी डंगर का वाह बई बहुत अमन चंगा लग्या अज मेरी जानकारी लिए वाधा होया असी भी कोशिश करांगे ठीक है भाई किसी जिमीदार नूं इहो जिहे काम किते ला सकीए बिल्कुल जी किसी भैन भाई नूं रोटी पा सकीए ठीक है तेरे अर्गे भैन भाई नूं आ बेच जा करांगे असी भी आह जिहड़ियां रोटियां जीआं हां जी हैं हां जी हां जी कर लांगे कर सकदे आं आपां कर नूं की नहीं हो सकदा आ बंदा आपदा ब्रांड रजिस्टर्ड कराई बैठा हां जी ये ब्रांड है ये अपना गुरनूर हां जी ऑर्गेनिक ठीक है ना जी एदे च एदे अंडर देख इनू ए फसाई तो लाइसेंस लई बैठा ते भाई एदे लसन दे बिचों जेड़ा आ निकलदी आ ना ता एदे नाल कैस्ट्रोल कंट्रोल हुंदा एदे नाल एनर्जी बहुत आ एदे विच जॉइंट दे पेन ठीक हुंदे आ हार्ट बहुत हेल्दी रहिंदा ठंड ते जुखाम एदा ते खंघ दा इलाज है ब्लड सर्कुलेशन चंगा रहिंदा ये सारियां चीज़ां टेस्टिंग दे विच पास है दुनिया ने साबित किया लैबां दे विच कि ये चीज़ है जिहड़ी इन्नी कारगर है एक अद्धी गंढी खानी हुंदी है कोई आए नहीं गा भी फक्का मार लेना सवेरों उठ के एक अद्धी गंढी खाने नहीं खा लेनी है ते कम सूत रहिंदा जे किसी ने आ खरीदनी है सज्जनों ये भी खरीद सकते हैं ते अगले साल आपां बीज भी दे देंगे हाँ बिल्कुल अगले साल बीज भी मिल जूगा ज्यों दे रहो